ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਜੀ ਜਗਦੀਪ ਡੇਅਰੀ ਫਾਰਮ ਤੇ ਪਹੁੰਚ ਚੁੱਕੇ ਆ ਤੇ ਮਾਲਕ ਦੀ ਕਿਰਪਾ ਦੇਖੋ ਜੀ ਅੱਜ ਰੌਣਕਾਂ ਲੱਗੀਆਂ ਪਈਆਂ ਨੇ ਜੰਮੂ ਨੰਬਰ ਵੀ ਗੱਡੀਆਂ ਲੱਗੀਆਂ ਪਈਆਂ ਨੇ ਤੇ ਬਾਕੀ ਚਾਰ ਸਵੇਰੇ ਅੱਜ ਗ੍ਰਾਹਕ ਦੇ ਮਾਹੌਲ ਹੈ ਅੱਜ ਤੇ ਪਹੁੰਚ ਚੁੱਕੇ ਆ ਜਗਦੀਪ ਭਾਈ ਨਾਲ ਬਾਕੀ ਕਰਦੇ ਆ ਅੰਦਰ ਜਾ ਕੇ ਗੱਲਬਾਤ ਕਾਹਦੀ ਖਰੀਦੀ ਚੱਲ ਰਹੀ ਹੈ ਝੋਟੀਆਂ ਲੈਣ ਆਏ ਆ ਜੰਮੂ ਵਾਲੇ ਵੀਰ ਤੇ ਮਹਾਰਾਸ਼ਟਰ ਗਾਈਆਂ ਵਾਲੇ ਤੇ ਦੇਖੋ ਜੀ ਅੱਗੇ ਜਾ ਰਹੇ ਆ ਅੰਦਰ ਦੇਖੋ ਰੌਣਕਾਂ ਲੱਗੀਆਂ ਪਈਆਂ ਨੇ ਅੱਜ ਤੇ ਕਰਦੇ ਹਾਂ ਜਗਦੀਪ ਭਾਜੀ ਨਾਲ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਵੀਰੇ? ਹਾਂਜੀ ਹਾਂਜੀ ਵਧੀਆ ਵਧੀਆ। ਅੱਜ ਤਾਂ ਰੌਣਕਾਂ ਲਾਈਆਂ ਨੇ। ਅੱਜ ਇਹ ਜੰਮੂ ਵਾਲਿਆਂ ਦੇ ਭਰਾ ਆਏ ਨੇ ਆ। ਅੱਛਾ ਜੀ। ਤੇ ਇਹਨਾਂ ਨੇ ਛੁੱਟੀਆਂ ਨਾਲ ਲਈਆਂ, ਸਾਡੇ ਕੋਲ ਦੋ ਛੁੱਟੀਆਂ ਨੇ। ਇੱਕ ਪਾਲਟੀ ਉਧਰ ਬੈਠੀ ਆ। ਉਹ ਬਈ ਮਹਾਰਾਸ਼ਟਰ ਵਾਲੇ ਬੈਠੇ ਨੇ। ਅੱਛਾ ਜੀ, ਉਹ ਗਾਵਾਂ ਦੇ? ਹਾਂਜੀ ਗਾਵਾਂ ਵਾਲੇ। ਠੀਕ ਹੈ ਜੀ। ਤੇ ਛੁੱਟੀਆਂ ਕਿੰਨੀਆਂ ਦਿੱਤੀਆਂ ਭਾਜੀ ਤੁਹਾਨੂੰ? ਇਹਨਾਂ ਭਾਜੀ ਦੋ ਖੜੀਆਂ, ਇਹਨਾਂ ਦੇ ਅੱਗੇ ਜਗਦੀਪ ਡੇਅਰੀ ਫਾਰਮ ਤੁਹਾਡੇ ਕੋਲ ਵੇਖ ਕੇ ਆਏ। ਅੱਛਾ ਜੀ। ਇਹਨਾਂ ਛੁੱਟੀਆਂ ਨਾਲ ਕੋਈ 20 ਚੱਲ ਗਈਆਂ ਹੁਣ ਤੱਕ ਸਾਡੇ। ਅੱਛਾ ਜੀ, 20 ਚੱਲ ਗਈਆਂ ਨੇ। ਹਾਂਜੀ। ਤੇ ਝੋਟੀਆਂ ਖੜੀਆਂ ਨੇ? ਹਾਂ, ਪਹਿਲੇ ਨਾਲ ਕੱਟੀਆਂ ਲੈਂਦੇ ਆ ਚੰਗੇ ਸ਼ਕੀਨ, ਕੋਈ 12 ਦਿਨਾਂ 14 ਕਿਲੋ ਬਲੂਨ ਕੱਟੀਆਂ। ਹਾਂ, ਬਲੂਨ ਕੱਟੀ ਲੈਂਦੇ ਸੀ। ਠੀਕ ਹੈ, ਸ਼ੌਂਕੀ ਨੇ ਕੱਟੀਆਂ ਨੇ। ਹੈ ਹਾਂ ਜੀ। ਤੇ ਕਰੀਏ ਭਾਜੀ ਨਾਲ ਗੱਲਬਾਤ। ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਨਮਸਤੇ ਜੀ। ਹੋਰ ਠੀਕ ਠਾਕ ਜੋ? ਬਹੁਤ ਵਧੀਆ। ਤੇ ਆਪਣਾ ਐਡਰੈਸ ਦੱਸਿਓ ਫਿਰ। ਐਡਰੈਸ ਸਾਡਾ ਜੰਮੂ। ਅੱਛਾ ਜੀ। ਅਗਾਰਪੁਰਾ ਪੈਂਦਾ। ਅੱਛਾ ਜੀ। ਹੋਰ ਪਿੰਡ ਅਗਾਰਪੁਰੀ ਦਾ ਨਾਮ ਜੀ ਚੰਗੀਆ ਪੈਂਦਾ। ਠੀਕ ਹੈ ਜੀ। ਇੱਥੋਂ ਆਇਆ ਪਰਾ ਆਨਲਾਈਨ ਗੱਲਬਾਤ ਕੀਤੀ ਸਾਡੇ ਇਲਾਕੇ ਦੀ, ਕਾਫੀ ਝੋਟੀਆਂ ਨੇ ਖੜੀਆਂ ਨੇ ਤੇ ਦਿਖਾ ਰਹੀ ਹੈ ਝੋਟੀਆਂ ਮੜੀਆਂ ਜੀ। ਹਾਂਜੀ, ਇਹ ਭਾਜੀ ਹੁਣੀ ਨਾਲ ਆਏ ਆ, ਇਹਨਾਂ ਦੇ ਵੀਰੋ ਨੇ ਨਾਲ ਆਏ। ਠੀਕ ਹੈ ਜੀ। ਬਾਕੀ ਕਾਫੀ ਰੌਣਕਾਂ ਲੱਗੀਆਂ ਨੇ। ਹਾਂਜੀ। ਤੇ ਝੋਟੀਆਂ ਮੜੀਆਂ ਦਿਖਾ ਦਈਏ ਭਾਜੀ ਨਾਲ ਜਿਹੜੀਆਂ ਲਈਆਂ ਨੇ। ਕਿਆ ਪਤਾ ਜਗਦੀਪ ਜੀ, ਅੱਜ ਤੇ ਤੁਸੀਂ ਝੋਟੀਆਂ ਖਰੀਆਂ ਵਧੀਆਂ ਨੇ ਅੱਜ ਤੇ। ਅੱਛਾ ਜੀ, ਕਿਆ ਪਤਾ ਜੀ। ਦੇਖੋ ਜੀ ਹਮਾਰੀ। ਅੱਛਾ, ਚੌਕੀ ਅੱਛਾ ਜੀ। ਬਾਕੀ ਅੱਛਾ ਜੀ, 1,25,000 ਦੀ ਕੱਢੀ ਦਿੱਤੀ ਆ, 13-13.5 ਕਿਲੋ ਠੰਡਾ ਕਰਕੇ ਨਾਪ ਕੇ ਦੋਸਤ। ਅੱਛਾ, 1,25 ਦੀ? 1,25 ਦੀ। ਕਿਆ ਪਤਾ, ਅੱਜ ਦੇ ਤੁਸੀਂ ਰੇਟ ਵੀ ਵਧੀਆ ਵਾ ਤੇ ਬਾਕੀ ਝੋਟੀ ਵੀ ਬਹੁਤ ਸੋਹਣੀ ਆ। ਦੇਖੋ 14 ਲੀਟਰ ਦੁੱਧ ਦੱਸਦੇ ਪਏ ਆ ਭਾਜੀ ਨੇ। ਪਲੂਣ ਕੱਟੀ 1,25,000 ਦੀ ਭਾਜੀ ਨੇ ਦੇ ਦਿੱਤੀ ਆ। ਤੇ ਭਾਜੀ ਇਹ 1,25,000 ਦੀ ਮਤਲਬ ਪਹਿਲਾਂ 1,70-1,75 ਹੁਣ 1,70 ਵਾਲਾ ਕੰਮ ਗਿਆ। ਜੇ ਮੰਦਾ ਤੇ ਮੰਦੇ ਨਾਲ ਮੰਦਾ ਹੀ ਲਾਵਾਂਗੇ, ਜੇ ਤੇਜ਼ੀ ਖਰੀਦਾਂਗੇ ਤਾਂ ਜਿਹੜੀ ਗੱਲ ਕਰਦੇ। ਅੱਛਾ ਜੀ। ਜੇ 30-40 ਹਜ਼ਾਰ ਰੁਪਏ ਮੈਂ ਡਾਊਨ ਆ ਤੇ ਡਾਊਨ ਨਾਲ ਡਾਊਨ ਹੀ ਭਾਜੀ ਲਾਵਾਂਗੇ, ਜਿਹੜੀ ਗੱਲ ਕਰਦੇ। ਕਿਆ ਪਤਾ ਜਗਦੀਪ, ਫਿਰ ਭਾਅ ਇਹ ਲੱਭਣਾ ਨਹੀਂ ਇਹ। ਹਾਂਜੀ ਹਾਂਜੀ, ਆਹ ਝੋਟੀ ਦਿੱਤੀ 1,10,000 ਦੀ। ਅੱਛਾ ਜੀ, ਜੋੜਾ ਦਿੱਤਾ ਵਾ। ਹਾਂਜੀ, ਇਹ 1,10 ਦੀ ਦਿੱਤੀ ਆ। 1,10 ਦੀ ਦਿੱਤੀ ਕੱਢੀ ਸੀ ਮੇਰੇ ਦੀ। ਕਿਆ ਪਤਾ, ਭੁੱਲ ਜਾਓ ਵੀਰ ਜੀ ਸਾਰੇ 1,70-1,75 ਵਾਲੀਆਂ ਨੂੰ ਭੁੱਲ ਜਾਓ, ਇੱਧਰ ਕੰਮ ਚੱਲ ਪਿਆ ਜੀ 1,10-15,000 ਵਾਲਾ। ਜੇ ਮੰਦਾ ਤੇ ਮੰਦੇ ਨਾਲ ਮੰਦਾ ਰਹਿ ਗਏ, ਅਸੀਂ ਇਹਨਾਂ ਨੂੰ ਐਡੀ ਦੂਰੋਂ ਆਏ ਵੀਰ ਭਰਾ। ਹਾਂਜੀ ਹਾਂਜੀ, ਹੁਣ ਵੀ ਇਹਨਾਂ ਨੂੰ ਐਡੀ ਦੂਰੋਂ ਆਣ ਕੇ ਇਹਨਾਂ ਨੂੰ ਪ੍ਰਾਪਟ ਕੇ ਫਿਰ ਜੰਮੂ ਲੈ ਲੈਣ ਕੱਟੀ ਦਿੰਦੇ ਆ। ਸਹੀ ਗੱਲ ਹੈ ਵੀਰ ਜੀ, ਸਹੀ। ਤੇਜ਼ੀ ਨਾਲ ਤੇਜ਼ੀ ਮਿਲਣੀ ਆ ਜੀ, ਸਾਉਣ ਮਹੀਨਾ ਚੱਲਣਾ ਤੁਹਾਨੂੰ ਪਤਾ ਹੀ ਬਾਜ਼ਾਰ ਦੇ ਹੁਣ ਤੇ ਬਸ ਇਹੋ ਹੀ ਦੇਵਾਂਗੇ ਤੁਸੀਂ। ਇਹਦੇ ਨਾਲ ਝੋਟੀ ਕੀਤੀ, ਆਹ 1,25,000 ਦੀ ਦਿੱਤੀ ਆ, ਆਪ ਲੈ ਲੈਂਦੇ ਰਹੇ 1,60,000-1,65,000 ਦੀ ਵੀ ਆਪ ਨਹੀਂ ਦੇ ਰਹੇ। ਸਹੀ ਗੱਲ ਹੈ, ਸਹੀ ਗੱਲ ਜੀ ਦੀਦੀ। ਅੱਗੇ ਕਾਫੀ ਵੀਡੀਓ ਤੁਹਾਡੀਆਂ ਪਾਉਂਦੇ ਆ, ਕੋਈ 1.5 ਦੀ, ਕੋਈ 40 ਦੀ, ਕੋਈ 45 ਦੀ, ਹੁਣ ਫਿਰ ਇਹ ਵੀ 70 ਵਾਲੇ ਨੂੰ ਭੁੱਲ ਜਾਓ। 70 ਵਾਲੇ ਨੂੰ ਭੁੱਲ ਜਾਓ, ਉਹਦੇ ਵੀ ਆ ਗਿਆ 30-35-40 ਦੇ ਵਧੀਆ ਟੌਪ। ਸਵਾ ਲੱਖ ਟੌਪੋ ਟੌਪ ਆ ਗਿਆ ਵੀਰ ਜੀ, ਟੌਪਰ ਕੱਟੀਆਂ ਆ ਗਈਆਂ ਜੀ ਦੋਸਤੋ। ਵੇਖੋ 1,25,000 ਦੀ ਇੱਕ ਕੱਟੀ ਦੇ ਦਿੱਤੀ ਆ, ਇੱਕ 1,10 ਦੀ 13-13 ਲੀਟਰ ਹਾਜ਼ਰ ਦੁੱਧ ਆ। ਨਹੀਂ ਜੀ, ਦੇਖੋ ਜੀ ਬਾਕੀ ਵੀਰ ਜੀ ਇਲਾ ਕੇ ਖੜ੍ਹੇ ਨੇ, ਬਿਲਕੁਲ ਫੁੱਲ ਸਾਈਜ਼ ਕੱਟੀਆਂ ਨੇ। ਅਤੇ ਵੇਖੋ ਜੀ 1,25,000 ਦਾ ਭਾਅ ਆ ਗਿਆ ਜੋ, ਅਤੇ
अच्छा जी फिर भाजी इन्होंने फिर कल करो लोड अच्छा शाम कर दो लोड अच्छा जी सवेरे पहुँच जाने तो वधिया गल है भाजी वेखो जी बाकी वीर भरा वीडियो देखने वाले ये है भी सवा सवा लख का भा आ गया जो जगदीप भाजी को 70-75 में छड़ दो होना तो जे भा लोड लैना तो जगदीप डेयरी फार्म से पहुँचो जी तो बाकी ड्रैस दस दौ भाजी अपना क्या पता जी दीप जी जम्मू वाले भरा फिर खुश ने ना भाजी खुश जो ना भा लोड ही है ना बिलकुल सही गल जगदीप जी ਤੇ ਬਿਲਕੁਲ ਵਧੀਆ ਕੰਮ ਟੌਪਰ ਤੇ ਚੱਲ ਰਿਹਾ ਤੁਹਾਡਾ ਦੇਖੋ ਜੀ ਕੱਟੀਆਂ ਦਾ ਲੋਡ ਇਹ ਨਹੀਂ ਦੁਬਾਰਾ ਮਿਲਣਾ ਤੇ ਬਾਕੀ ਹੁਣ ਲੋਡ ਕਿਦਾਂ ਆ ਰਿਹਾ ਆਪਣਾ ਝੋਟੀਆਂ ਦਾ ਭਾਜੀ ਹੁਣ 3 ਤਰੀਕ ਨੂੰ ਜਾਂ 4 ਤਰੀਕ ਨੂੰ ਗੁਰੂ ਰਾਮਦਾਸ ਜੀ ਮੇਰੇ ਕੱਟੋ ਥੋੜੀ ਬਰੀ ਆ ਪਾਣੀ ਪੂਣੀ ਦੀ ਸਮੱਸਿਆ ਆ ਰਹੀ ਹੈ ਨਾ ਉਹਦੇ ਨਾ ਭਾਜੀ ਹਰਿਆਣੇ ਜਿਹੜਾ ਗੱਡੀ ਥੋੜੀ ਚੱਲਦੀ ਆ ਰਾਹ ਰੂਟੇ ਦਿੰਦੀਆਂ ਠੀਕ ਹੈ ਜੀ ਤੇ ਐਰਗਾਂ ਬਾਬੇ ਜੀ ਮੇਰੇ ਨਾਲ ਭਾਜੀ ਜਾਂਦੇ ਆ 5-7 ਦਿਨਾਂ ਦੇ ਵੇਟ ਕਰੀਏ ਮਹਾਰਾਸ਼ਟਰ ਦੀ ਗੱਡੀਆਂ ਦੋ ਭਰਾ ਆ ਗਏ ਨਾ ਭਾਜੀ ਠੀਕ ਹੈ ਜੀ ਤੇ ਦਿੰਦੇ ਭਾਜੀ ਉਧਰੋਂ ਬਾਅਦ ਠੀਕ ਹੈ ਜੀ ਵੀਡੀਓ ਦੇਖਣ ਵਾਲੇ ਨੂੰ ਜ਼ਰੂਰ ਐਂਡ ਤੱਕ ਜ਼ਰੂਰ ਦੇਖਿਓ ਤੇ ਵੇਖੋ ਜੀ ਭਾਜੀ ਨਹੀਂ ਆਏ ਨੇ ਤੇ ਭਾਜੀ ਦੱਸੋ ਵਧੀਆ ਭਾਅ ਜਾਇਜ ਲੱਗਾ ਨਾ ਬਿਲਕੁਲ ਸਹੀ ਨਾ ਬਿਲਕੁਲ ਸਹੀ ਠੀਕ ਹੈ ਜੀ ਤੇ ਬਾਕੀ ਕੱਟੀਆਂ ਵੀ ਟੌਪਰ ਹੀ ਆ ਸਹੀ ਗੱਲ ਹੈ ਜੀ ਦੇਖੋ ਜੀ ਬਾਕੀ ਦਾ ਅਸੀਂ ਡਰੈਸ ਦੇਖ ਕੇ ਕਾਫੀ ਖੁਸ਼ ਆ ਜਿਆਦਾ ਵੀ ਜੰਮੂ ਤੋਂ ਜਿਆਦਾ ਨਹੀਂ ਹੈ ਹਾਂਜੀ ਹਾਂਜੀ ਤਕਰੀਬਨ 2-2.5 ਕਿਲੋਮੀਟਰ ਇੱਕ ਸਾਈਡ ਦਾ ਬਹੁਤ ਵਧੀਆ ਹਾਂਜੀ ਹਾਂਜੀ ਬਾਕੀ ਜਗਦੀਪ ਭਾਈ ਨੇ ਸੇਵਾ ਪਾਣੀ ਫੁੱਲ ਕੀਤੀ ਆ ਨਾ ਚਾਹ ਪਾਣੀ ਫੁਲਕਾ ਪਾਣੀ ਛਕਿਆ ਨਾ ਪ੍ਰਬੰਧ ਮੈਂ ਰੌਣ ਕਰਦਾ ਰਾਤ ਦਾ ਠਹਿਰਨੇ ਦਾ ਇੰਨਾ ਕੋਲ ਪ੍ਰਬੰਧ ਬਹੁਤ ਹੈ ਠੀਕ ਹੈ ਜੀ ਤੁਸੀਂ ਕੱਲ ਜਾਓ ਠੀਕ ਹੈ ਕੋਈ ਗੱਲ ਨਹੀਂ ਟਾਈਮ ਹੈਗਾ ਤਕਰੀਬਨ 3 ਵਜੇ ਬਜ ਗਏ ਨਾ ਅਸੀਂ ਜੰਮੂ ਟਾਈਮ ਨਾਲ ਪਹੁੰਚਾਂਗੇ ਠੀਕ ਹੈ ਭਾਜੀ ਠੀਕ ਬਹੁਤ ਬੜੀਆ ਗੱਲ ਮਰਗਾ ਜਿਹੜੀਆਂ ਸਾਡੀਆਂ ਟਾਈਮ ਨਾਲ 12-1 ਵਜੇ ਕੰਨਾਂ ਤੇ ਜੰਮੂ ਪਹੁੰਚ ਜਾਣਗੇ ਠੀਕ ਹੈ ਜੀ ਠੀਕ ਅਸੀਂ ਆਸਪਤਾਲ ਲਈ ਆ ਪਿੰਡ ਚੰਗੀਆਂ ਤੋਂ ਪਲਾਨ ਕਰਦੇ ਹਾਂ ਠੀਕ ਬਾਕੀ ਤੁਹਾਨੂੰ ਕੱਟੀਆਂ ਬਹੁਤ ਬਾਜ ਮਿਲ ਗਈਆਂ ਨੇ ਬਾਕੀ ਚਾਰ ਸਵੇਰੇ ਤੁਸੀਂ ਦੇਖਿਆ ਵੀਡੀਓ ਵੀ ਕਾਫੀ ਦੇਖਦੇ ਹੋਗੇ ਇਹ ਭਾਰੀਆਂ ਕੱਟੀਆਂ ਨਹੀਂ ਮਿਲਣੀਆਂ ਤੁਹਾਨੂੰ ठीक है ठीक है ठीक है जी ठीक है जी सही गल है सही गल है जगदीप भाजी का ठीक है जी ठीक ठीक है जी ठीक है वेखो जी टॉपर कटियां 1-1.5 दी बहुत वधिया कटियां ने जगदीप भाजी ने जम्मू भाजी वाले देतियां ने ते कल नूं लोड कर देंगे ते बाकी देखो जी बाकी खड़े ने वीर भरा ते बाकी उधर महाराष्ट्र की पार्टी है वो कल नूं तुहानूं अपलोड करांगे वीडियो ते जगदीप जी फिर पार्टी अपने को महाराष्ट्र की आई है फिर कल नूं फिर कहां ठीक है सत श्री अकाल जी।